नमस्कार पशु पालक साथियों, आज का एक और वीडियो लेके आ रहे हैं जी। एक बार फिर से पंजाब के काफी मशहूर फार्म गुरवाली फार्म से, और गुरवाली पिंड का नाम भी गुरवाली और शायद तरन तारण जिले में पड़ेगा कि अमृतसर में पड़ेगा बाबा जी? अमृतसर जी। अमृतसर का लास्ट गांव आ गया? नहीं जी, अमृतसर का पहला गांव निकलते हैं शहर चो, फिर तरन तारण जिला। तरन तारण तो इथो साडे बाला चक पिंड शुरू होगा। अच्छा, अमृतसर ते साडे तो अगे चब्बा नगर आ, अमृतसर ची ने दोवे पिंड। ठीक है, इस तो अगे बाला चक नाल ही शुरू हो जाता, वो तरन तारण च जी। तो देखिए जी, ये गुरवाली पिंड से वीडियो लेके आ रहे हैं और बाबा जी के यहाँ काफी अच्छी अच्छी भैंसों की वीडियो आप काफी बार कवर कर चुके हैं, लाइव मिल्किंग भी कर चुके हैं और काफी बढ़िया जो है बड़ा नाम बाबा जी के यहाँ से, काफी सारी भैंसे बड़े बड़े ब्रीडरों के यहाँ, पवित्र भाई के यहाँ भी गई हैं और मेलों में भी काफी अच्छा दूध पिछले साल पीडीएफ में दिया है। और आज इस वीडियो में तीन भैंसे आप देखेंगे और लगभग लगभग बाबा जी का बड़ा जो है इच्छा रहती है हरियाणा जाने की, तो उस चक्कर में कोई भैंस उधर से पांच चार ले भी आते हैं तो एक दो इधर आके बेच भी देते हैं। तो पूछेंगे बाबा जी से, क्यों बाबा जी गलत नहीं का? सत्श्रीकाल सुरेंद्र जी, सारे व्यूअर्स दा बहुत बहुत धन्यवाद, तुहाडे नाल बहुत ज्यादा प्यार करते ने। हालांकि मैं कई बार सोचता ना, अज तुसी एक ना शायद शॉर्ट जिहा पाया, उहदे च 14-15 कमेंट सी, सारे कह रहे सी वीडियो, ते मैं मन च सोचना भी यार साडी कोई क्वालिटी, एडे तकड़े ब्रीडर, एडियां वधिया मझां। पर बहुत सारे व्यूअर्स दा धन्यवाद, और मैं समझदा तुहाडा भी बहुत धन्यवाद, ਕਿਉਂਕਿ ਇਹ ਜਿਹੜੀਆਂ ਮੱਝਾਂ ਵਿਖਾਉਣ ਦਾ ਕੰਮ ਨਾ ਸਭ ਤੋਂ ਪਹਿਲਾਂ ਤੁਸੀਂ ਸ਼ੁਰੂ ਕੀਤਾ, ਤੇ ਤੁਹਾਡੀ ਆਵਾਜ਼ ਨਾ ਇੱਕ, ਅਸੀਂ ਸਭ ਤੋਂ ਸ਼ੁਰੂ ਚ ਮੱਝਾਂ ਲੈਣ ਜਾਂਦੇ ਹੁੰਦੇ ਹਾਂ ਆਪਣਾ ਵੇਦਾ ਬੁੱਢੀਆ ਖੇੜਾ, ਤੇ ਉਹਦੇ ਨਾਲ ਇੱਕ ਪਾਰਟਨਰ ਹੁੰਦਾ ਸੀ ਮਹਿੰਦਰ ਖਜੂਰੀ, ਮਹਿੰਦਰ ਖਜੂਰੀ ਦੀ ਤੇ ਤੁਹਾਡੀ ਆਵਾਜ਼ ਸੇਮ ਫੋਨ ਦੇ ਉੱਤੇ, ਤੇ ਮੈਂ ਸੋਚਣਾ ਵੀ ਕਿਤੇ ਮਹਿੰਦਰ ਲੱਗ ਪਿਆ ਮੱਝਾਂ ਦੀ ਵੀਡੀਓ ਬਣਾਉਣ, ਪਰ ਤੁਹਾਡੀ ਜਿਹੜਾ ਚਿਹਰਾ ਨਾ ਮੀਡੀਆ ਦੇ ਉੱਤੇ ਬੜੇ ਟਾਈਮ ਬਾਅਦ ਆਇਆ, ਵੀਡੀਓ ਤੁਸੀਂ 2 ਸਾਲ ਬਣਾਈਆਂ ਹੋਣਗੀਆਂ ਸ਼ਾਇਦ ਸਾਲ ਬਾਅਦ, ਪਰ ਤੁਸੀਂ ਆਪਣੀ ਫੋਟੋ ਜਾਂ ਆਪਣੇ ਆਪ ਨੂੰ ਮੀਡੀਆ ਦੇ ਵਿੱਚ ਬਹੁਤ ਲੇਟ ਜਾ ਕੇ ਦਿਖਾਇਆ, ਤੇ ਪਰ ਤੁਹਾਡਾ ਜ਼ਿਆਦਾ ਧੰਨਵਾਦ ਹੈ ਵੀ ਤੁਸੀਂ ਇਹ ਕੰਮ ਸ਼ੁਰੂ ਕਰਾਇਆ, ਔਰ ਇਹਦੇ ਨਾਲ ਨਾ ਜੀ ਬਹੁਤ ਲੋਕਾਂ ਦਾ ਰੁਜ਼ਗਾਰ ਜੁੜਿਆ ਸੁਰਿੰਦਰ ਜੀ। ਤੁਸੀਂ ਦੇਖੋ ਕਿੰਨੇ ਨੌਜਵਾਨ ਬੱਚੇ ਇਸ ਮੀਡੀਆ ਨੂੰ ਫੜ ਕੇ ਆਪਣੀ ਰੋਜ਼ੀ ਰੋਟੀ ਕਮਾ ਰਹੇ ਨੇ, ਕਿਸੇ ਦੇ ਚੈਨਲ 'ਤੇ ਐਡ ਲੱਗੀ ਆ, ਕੋਈ ਮੱਝਾਂ ਵੇਚ ਰਿਹਾ ਵਾ, ਕੋਈ ਲੈ ਰਿਹਾ ਵਾ, ਕੋਈ ਕੁਛ ਕਰ ਰਿਹਾ, ਕਿੰਨਾ ਕੁਛ ਇਸ ਚੀਜ਼ ਦੇ ਨਾਲ ਜੁੜ ਗਿਆ ਜੀ। ਪ੍ਰਮੋਟ ਵੀ ਬਹੁਤ ਹੋਈ ਹੈ ਜੀ ਆਪਣੀ ਬ੍ਰੀਡ, ਪ੍ਰਮੋਟ ਹਰਿਆਣਾ ਸਾਰਾ ਹੀ, ਹਰਿਆਣੇ ਦੀ ਹਰ ਇੱਕ ਚੀਜ਼ ਤੁਹਾਡੇ ਇਸ ਚੀਜ਼ ਦੇ ਨਾਲ ਪ੍ਰਮੋਟ ਹੋਈ ਆ, ਹਰਿਆਣੇ ਦਾ ਹਰ ਇੱਕ ਕਲਚਰ। ਮੈਂ ਇਸ ਗੱਲ ਦੀ ਸਾਰੇ ਹਰਿਆਣਵੀ ਜਿਹੜੇ ਖਾਸ ਕਰਕੇ ਹਿਸਾਰ ਜ਼ਿਲ੍ਹੇ 'ਚ ਮੈਂ ਜਾਂਦਾ, ਤੇ ਬਹੁਤ ਮਨ ਨੂੰ ਸਕੂਨ ਮਿਲਦਾ ਵੀ ਉਹਨਾਂ ਨੇ ਆਪਣਾ ਕਲਚਰ ਸੰਭਾਲ ਕੇ ਰੱਖਿਆ, ਇਕੱਠੇ ਹੋ ਕਰ ਬੈਠਦੇ ਨੇ ਹੁੱਕਾ ਭਾਵੇਂ ਪੀਣ, ਪਰ ਕਿਸੇ ਦੀ ਨਿੰਦਿਆ ਚੁਗਲੀ ਬਹੁਤ ਘੱਟ ਆ ਤੁਹਾਡੇ ਹਰਿਆਣੇ ਅਜੇ ਸਾਡੇ ਮੁਕਾਬਲੇ, ਤੇ ਸਾਡੇ ਤੇ ਆ ਵੀ ਜੇ ਹੁਣ ਆਪਾਂ 4 ਬੈਠੇ, ਸਾਡੇ 4 ਚੋਂ 1 ਉੱਠ ਕੇ ਚਲੇ ਗਿਆ, ਬਾਕੀ 3 ਜਾਣੇ ਉਸੇ 'ਤੇ ਤਵਾ ਲਿਆ ਲੈਂਦੇ ਆ ਜੀ, ਜੇ ਤੇ ਉਹ ਚੰਗਾ ਫਿਰ ਰੱਖਣਾ ਲੈ ਇਹ ਤੇ ਆ ਕਰਦਾ, ਜੇ ਮਾੜਾ ਫਿਰ ਰੱਖਣਾ, ਇਹ ਹੀ ਨਾਂਗੇ ਦਾ ਕੰਮ ਹੀ ਇਹ ਆ, ਕਿਸੇ ਪਾਸੇ ਵੀ ਸਾਡੇ ਇਹ ਕੰਮ ਆ ਵੀ ਆਪ ਕਰਨਾ ਕੁਛ ਨਹੀਂ, ਦੂਜੇ ਨੂੰ ਕਰਨ ਦਿਓ ਕੁਛ ਨਹੀਂ ਦੇਣਾ ਜੀ, ਲੱਤਾਂ ਖਿੱਚਣੀਆਂ, ਪਰ ਫਿਰ ਵੀ ਕਾਫੀ ਕੁਛ ਹੁਣ ਤੇ ਸੋਹਣਾ ਹੋ ਰਿਹਾ ਜੀ। ਮੈਂ ਤੇ ਕੱਲ ਤੁਹਾਡੀ ਮੀਟਿੰਗ ਵੇਖੀ ਤੇ ਬੜਾ ਮਨ ਨੂੰ ਖੁਸ਼ੀ ਹੋਈ ਵੀ ਤੁਸੀਂ ਸਾਰੇ ਜਣੇ ਇਕੱਤਰ ਹੋ ਕਰਕੇ ਇੱਕ ਪਲੇਟਫਾਰਮ ਦੇ ਰਹੇ ਹੋ,
ਆਮ ਪਸ਼ੂ ਪਾਲਕਾਂ ਵਾਸਤੇ, ਪਰ ਉਹਦੇ 'ਚ ਪਤਾ ਨਹੀਂ ਤੁਸੀਂ ਉੱਥੇ ਵਿਚਾਰ ਕੀਤੀ ਜਾਂ ਨਹੀਂ ਕੀਤੀ, ਸੁਣੀ ਤਾਂ ਮੈਂ ਹੈ, ਪਰ ਮੈਂ ਉਹਦੇ 'ਚ ਇੱਕ ਬੇਨਤੀ ਇਹ ਕਰਨੀ ਚਾਹੁੰਦਾ ਵੀ ਜਿਸ ਤਰ੍ਹਾਂ ਸਰਸਵਤੀ ਮੱਝਿਆ, ਰੇਸ਼ਮਾ ਮੱਝਿਆ, ਲਾਡੋ ਮੱਝਿਆ ਜਾਂ ਐਸੀਆਂ ਹੋਰ ਜਿਨ੍ਹਾਂ ਨੇ ਅੱਜ ਤੱਕ 8-7-10 ਵਾਰੀ ਮੇਲੇ ਜਿੱਤ ਲਿਆ ਜਾਂ ਕੰਪੀਟੀਸ਼ਨ, ਇਹਨਾਂ ਮੱਝਾਂ ਨੂੰ ਰਿੰਗ 'ਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਪਹਿਲਾਂ ਜਦੋਂ ਸਰਕਾਰੀ ਮੇਲੇ ਹੁੰਦੇ ਸੀ ਨਾ ਜੀ, ਉਸ ਵੇਲੇ ਜਦੋਂ ਖਲੀ ਜਿੱਤਦਾ ਹੁੰਦਾ ਸੀ, ਪਹਿਲਾਂ 2-3 ਸਾਲ 'ਤੇ ਖਲੀ ਜਿੱਤ ਗਿਆ, ਮੁੜ ਕੇ ਸਰਕਾਰ ਨੇ ਇੱਕ ਕਾਨੂੰਨ ਬਣਾਇਆ ਵੀ ਜਿਹੜਾ ਝੋਟਾ ਇੱਕ ਵਾਰੀ ਚੈਂਪੀਅਨ ਬਣ ਗਿਆ ਉਹਨੂੰ ਆਪਾਂ ਰਿੰਗ 'ਚ ਨਹੀਂ ਪਾ ਸਕਦੇ। ਅਤੇ ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਜਿਹੜੀ ਮੱਝ ਇੱਕ ਵਾਰੀ ਦੁੱਧ 'ਚ ਚੈਂਪੀਅਨ ਬਣ ਗਈ, ਟਰੈਕਟਰ ਜਿੱਤ ਗਈ, ਅਗਲੀ ਵਾਰੀ ਮੱਝ ਨਹੀਂ ਆਉਣੀ ਚਾਹੀਦੀ, ਘਰੇ ਚਵਾਈ ਜਾਓ ਜਿੰਨੀ ਵਾਰੀ ਮਰਜ਼ੀ ਚਵਾਈ ਜਾਓ। ਹਾਂ ਪਤਾ ਨਹੀਂ ਸ਼ਾਇਦ ਕਿਸੇ ਨੂੰ ਗੁੱਸਾ ਲੱਗੇ ਇਸ ਗੱਲ ਦਾ, ਪਰ ਮੈਂ ਉਸ ਤਾਂ ਬੇਨਤੀ ਕਰਦਾ ਵੀ ਨਵੀਆਂ ਚੀਜ਼ਾਂ ਤਾਂ ਹੀ ਪੈਦਾ ਹੋਣਗੀਆਂ। ਇੱਕ ਤੇ ਹੁਣ ਮੰਨ ਲਓ ਮਸ਼ੀਨ ਰੱਬ ਨੇ ਚੰਗੀ ਬਣਾ ਦਿੱਤੀ, ਉਹ ਮਸ਼ੀਨ ਤੁਸੀਂ ਹਰ ਇੱਕ ਥਾਂ ਤੇ ਜਾ ਕੇ ਫਿੱਟ ਕਰ ਦੋ ਤੇ ਮਾੜੇ ਦਾ ਤਾਂ ਨੰਬਰ ਹੀ ਨਹੀਂ ਆਉਣਾ ਜੀ ਉੱਥੇ। ਇਸ ਕਰਕੇ ਮੈਂ ਕਹਿੰਦਾ ਵੀ ਜਿਹੜੀਆਂ ਚੈਂਪੀਅਨ ਮੱਝਾਂ ਨੇ ਨਾ, ਜਿਨ੍ਹਾਂ ਨੇ ਮੇਲੇ ਜਿੱਤ ਲਏ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ 5-7 ਹਜ਼ਾਰ ਦਾ ਉੱਦਾਂ ਸਮਾਨ ਸਨਮਾਨ ਕਰ ਦਿਓ, ਸਰੋਪਾ ਪਾ ਦਿਓ, ਹੋਰ ਕੁਛ ਕਰਨਾ ਕਰ ਦਿਓ। ਸ਼ਾਇਦ ਪੈਸੇ ਦਾ ਨਾਂ ਲਿਆ ਅਗਲਾ ਸੋਚੂਗਾ ਵੀ ਮੈਂ ਪੈਸੇ ਦਾ ਭੁੱਖਾ, ਗੱਲ ਮਾਣ ਸਨਮਾਨ ਦੀ ਕੀਤੀ ਹੈ, ਮੈਂ ਪੈਸੇ ਦੀ ਨਹੀਂ ਕੀਤੀ। ਉਹਨਾਂ ਵਾਸਤੇ ਕੋਈ ਵੀ ਐਸੀ ਪਲੇਟਫਾਰਮ ਬਣਾ ਦਿਓ, ਉਹਨਾਂ ਦੇ ਮੱਝਾਂ ਦਾ ਸਨਮਾਨ ਬਹਾਲ ਰਹਿ ਕੇ ਰਿਹਾ ਜਾਵੇ, ਉਹਨਾਂ ਮੱਝਾਂ ਨੂੰ ਚੇਤਾ ਕੀਤਾ ਜਾਵੇ, ਇਹ ਚੀਜ਼ ਜ਼ਰੂਰ ਹੋਣੀ ਚਾਹੀਦੀ ਆ, ਉਸ ਮੱਝ ਦਾ ਜ਼ਿਕਰ ਹੋਵੇ। ਪਰ ਕੰਪੀਟੀਸ਼ਨ ਤੋਂ ਉਹਨਾਂ ਨੂੰ ਜਾਂ ਪਾਸੇ ਰੱਖ ਲਓ, ਉਹਨਾਂ ਦੀ ਵੱਖਰੀ ਕੈਟੇਗਰੀ ਬਣਾ ਦਿਓ, ਇਹ ਜ਼ਰੂਰ ਮੈਂ ਬੇਨਤੀ ਕਰੂੰਗਾ ਅੱਜ ਤੋਂ ਬਾਬਾ ਜੀ। ਵੈਸੇ ਆਪਾਂ ਸਰ ਜੈਸੇ ਚਲੋ ਹੋਰ ਬਹਿਸ ਹੋ ਗਈ ਤਾਂ ਮੈਂ ਨਹੀਂ ਬਾਤ ਕਰੂੰਗਾ, ਰਮੇਸ਼ ਵਾਲੀ ਕੀ ਵੀ ਕਰ ਲੇਂਗੇ, ਲਾਡੋ ਕੀ, ਔਰ ਜੈਸੇ ਸਰਸਵਤੀ ਕੀ ਬਾਤ ਕਰੇ ਤਾਂ ਉਸੇ ਕੌਣ ਸੇ ਸਰਟੀਫਿਕੇਟ ਕੀ ਜ਼ਰੂਰਤ, ਉਸਕੇ ਤੋਂ ਕਟੜੇ ਕੇ ਵੀ ਆਗੇ ਬੱਚੇ ਦੁੱਧ ਪਿਆਣੇ ਨਹੀਂ। ਹੁਣ ਮੰਨ ਲਓ ਰੇਸ਼ਮਾ ਹੀ ਹੈ ਜੀ, ਰੇਸ਼ਮਾ ਦੇ ਵੀ ਕਟੜੇ ਆ ਗਏ, 37 ਕਿਲੋ ਚਵਾਤੇ, 30 ਕਿਲੋ ਚਵਾਤੇ, 28 ਚਵਾਤਾ, ਹੋਰ ਉਹਦੇ 'ਚ ਹੁਣ ਕੀ ਆਪਾਂ ਉਹ 'ਚੋਂ ਕੱਢਣਾ ਜੀ। ਠੀਕ ਹੈ, ਬਹੁਤ ਦੁੱਧ ਚਵਾਤਾ, ਬਹੁਤ ਜ਼ਿਆਦਾ ਚੰਗੀ ਮੱਝ ਹੈ, ਬਹੁਤ ਮਿਹਨਤ ਕੀਤੀ ਉਹਨਾਂ ਵੀਰਾਂ ਨੇ, ਉਹਨਾਂ ਨੂੰ ਆਪਾਂ ਐਪਰੀਸ਼ੀਏਟ ਕਰਦੇ ਹਾਂ। ਬਿਲਕੁਲ, ਪਰ ਮੈਂ ਇੱਕ ਬੇਨਤੀ ਕਰਾਂ, ਮੇਰੇ ਕੋਲ 22-23 ਕਿਲੋ ਵਾਲੀ ਮੱਝ ਹੋਈ ਨਾ, ਤੇ ਜੇ ਮੈਨੂੰ ਪਤਾ ਲੱਗ ਗਿਆ ਉੱਥੇ ਰੇਸ਼ਮ ਆਉਣ ਲੱਗੀ, ਮੈਂ ਕਦੀ ਮੱਝ ਨਹੀਂ ਖੜਨੀ। ਤੁਸੀਂ ਵੀ ਨਹੀਂ ਖੜੋਗੇ। ਆਪਾਂ ਜਬ ਇਹ 5-4 ਮੇਨ ਵੈਸੇ ਜਾਏ ਤੋ ਇਹ ਉਹ ਇਨਕੋ ਕੋਈ ਅਲੱਗ ਇਨਕਾ ਕੰਪੀਟੀਸ਼ਨ ਕਰਵਾ ਦਿਆ ਜਾਏ, ਜਾਂ 4-5 ਜੈਸੇ ਸਾਰੀ ਚਲੀ ਗਈ, ਬਾਕੀ ਇੱਕ ਕੈਟੇਗਰੀ ਅਲੱਗ ਜੋ ਸਾਰੇ ਪਸ਼ੂ ਪਾਲਕ ਜੋ ਆਮ ਆਦਮੀ ਉੱਪਰ। ਬੇਨਤੀ ਕਰਾਂ ਜੀ, ਇਹ ਜਾਣੀ ਨਹੀਂ ਚਾਹੀਦੀ। ਤੁਸੀਂ ਕਈ ਵਾਰੀ ਨਾ ਫਿਲਮ ਇੰਡਸਟਰੀ ਵਾਲਿਆਂ ਦੇ ਸ਼ੋਅ ਦੇਖਿਓ ਜਿੱਥੇ ਉਹ ਦਿੰਦੇ ਆ ਜੀ, ਉਹ ਸਨਮਾਨ ਕਰਕੇ ਅਵਾਰਡ ਦਿੰਦੇ ਨੇ, ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੰਦੇ। ਹਾਂ, ਉਹ ਅਮਿਤਾਭ ਬੱਚਨ ਵਰਗਿਆਂ ਨੂੰ ਉਹ ਲਾਈਫ ਟਾਈਮ ਅਚੀਵਮੈਂਟ ਅਵਾਰਡ ਦਿੰਦੇ ਆ, ਉਹ ਅਵਾਰਡ ਦੇ ਦਿਓ ਇਹਨਾਂ ਨੂੰ, ਸ਼ਾਬਾਸ਼ ਇਹਨਾਂ ਦੀ ਵੀ ਇਹਨਾਂ ਵਰਗੀਆਂ ਮੱਝਾਂ ਬਹੁਤ ਘੱਟ ਨੇ, ਪਰ ਕੰਪੀਟੀਸ਼ਨ ਆਮ ਜਨਤਾ ਦੇ ਹੋਣੇ ਚਾਹੀਦੇ ਨੇ। ਠੀਕ ਹੈ, ਤਾਂ ਕਿ ਕੋਈ ਹੋਰ ਬੈਂਸ ਆਏ, ਕੋਈ ਹੋਰ ਅੱਗੇ ਦੁਬਾਰਾ ਆ ਜਾਏ, ਉਸਕੋ ਵੀ ਫਿਰ ਇਸੀ ਕੈਟੇਗਰੀ ਮੈਂ ਡਾਲ ਦੇ ਰੱਖੋ ਜੀ। ਉਹ ਵੀ ਜੇ ਭਾਵੇਂ ਮੇਰੀ ਆ ਜਾਏ, ਮੈਨੂੰ ਵੀ ਆਖੋ ਵੀ ਚੱਲ ਪਈ, ਮਨ ਕਿ ਇੱਥੇ ਮੇਲਾ ਵੇਖ ਲਾ, ਘੁੰਮ ਫਿਰ ਲੈ, ਨਾਲੇ ਮੱਝ ਵਿਖਾ ਲਾ ਆਪਣੀ, ਆਪਣੇ ਜੋ ਤੇਰਾ ਤਜਰਬਾ ਐਕਸਪੀਰੀਅੰਸ ਉਹ ਸ਼ੇਅਰ ਕਰ ਲੋਕਾਂ ਤੱਕ ਆਪਣੀ ਗੱਲ ਪਹੁੰਚਾ। ਬਾਕੀ ਕਿਹੜਾ ਪਾਣੀ ਭਰ ਗਿਆ, 2-4 ਮੱਝੋ ਕੇ ਇਲਾਵਾ ਵੀ ਬਹੁਤ ਸਾਰੀ ਮੱਝ ਹੈ, ਔਰ ਲੈ ਆਏ ਉਹ ਮਾਲਿਕ ਆਪਣੀ ਔਰ ਪਾਰਟਿਸਿਪੇਟ ਕਰਾ ਲੇ, ਇਹ ਕੀ ਵੈਸ ਰਿਪੀਟ ਨਹੀਂ ਹੋਣੀ ਚਾਹੀਏ। ਨਹੀਂ ਇਹ ਵੈਸੇ ਤੇ ਮੈਂ ਤਾਂ ਤੁਹਾਨੂੰ ਦੱਸਿਆ ਵੀ ਜਦੋਂ ਪਹਿਲਾਂ ਮੇਲੇ ਲੱਗਦੇ ਹੁੰਦੇ ਸੀ ਨਾ, ਜਦੋਂ ਖਲੀ ਜਿੱਤਿਆ ਉਦੋਂ ਇਹੋ ਕੁਛ ਹੀ ਹੋਇਆ 2-3 ਸਾਲ, ਤੇ ਫਿਰ ਉਹ ਬਾਅਦ ਚ ਉਹਨਾਂ ਨੇ ਸਰਕਾਰ ਨੇ, ਹੁਣ ਤੇ ਚਲੋ ਸਰਕਾਰ ਹੀ ਨਾ ਹੋਇਆ ਅਰਗੀ ਆ ਵੀ ਹੈ ਹੀ ਕੁਛ ਨੀ, ਨਾ ਤੇ ਕਿਸੇ ਕੰਮ ਤੇ ਲੋਕਾਂ ਵਾਸਤੇ ਕੁਛ ਕਰ ਰਹੀ ਆ, ਨਾ ਪਸ਼ੂ ਪਾਲਕਾਂ ਵਾਸਤੇ ਕਰ ਰਹੀ ਆ, ਰੱਬ ਆਸਰੇ ਸਾਡਾ ਤੇ ਸਟੇਟ ਚੱਲਣ ਡਿਆ ਜੀ। ਪਸ਼ੂ ਪਾਲਕੋਂ ਕੇ ਲਈ ਤਾਂ ਜੋ ਬਾਦਲ ਸਾਹਿਬ ਨੇ ਕਿਹਾ ਨਾ ਜੀ, ਉਹ ਸ਼ਾਇਦ ਹੀ ਕੋਈ ਆਦਮੀ, ਠੀਕ ਹੈ, ਉਹਦੇ ਚ ਲੋਕ ਕਹਿਣਗੇ ਵੀ ਸ਼ਾਇਦ ਕਿਸੇ ਖਾਸ ਪਾਰਟੀ ਨੂੰ ਪ੍ਰਮੋਟ ਕਰਦਾ, ਮੈਂ ਤਾਂ ਸਾਡੀ ਤੇ ਕਦੀ 3 ਪੀੜ੍ਹੀਆਂ ਤੋਂ ਕਦੀ ਕਿਸੇ ਨੂੰ ਵੋਟ ਵੀ ਨਹੀਂ ਪਾਈ ਸੁਰਿੰਦਰ ਜੀ, ਕਿਉਂਕਿ ਵੱਡਿਆਂ ਕਰਕੇ ਨਾ ਸਾਰੇ ਮਾਣ ਸਤਿਕਾਰ ਕਰਦੇ ਨੇ, ਜੇ ਮੈਂ ਕਿਸੇ ਨੂੰ ਵੋਟ ਪਾਊਂਗਾ, ਕਿਸੇ ਦੇ ਧੜੇ ਚ ਖਲੋਂਗਾ ਜਾ ਕੇ, ਹਾਂ
ਮੇਰੇ ਤੇ ਸ਼ਾਇਦ ਉਦਾਂ ਥੋੜਾ ਬਹੁਤ ਐਲੀਗੇਸ਼ਨ ਲੱਗਦਾ ਹੋਵੇ ਵੀ ਇਹ ਉਹ ਫਲਾਣ ਹੈ ਢਿੰਗੜੀ ਪਾਰਟੀ ਨਾ, ਪਰ ਸਾਡੀ ਆ ਤੀਜੀ ਪੀੜ੍ਹੀ ਆ ਤੇ ਮੇਰੇ ਬੱਚੇ ਵੀ ਗਾੜੀ ਇੱਕ 23 ਸਾਲ ਦਾ ਹੋ ਗਿਆ, ਇੱਕ 20 ਸਾਲ ਦਾ ਹੋ ਗਿਆ, ਉਹਨਾਂ ਵੀ ਨਹੀਂ ਪਾਈ। ਮੈਂ ਤਾਂ ਰਿਐਲਿਟੀ ਬਤਾ ਰਹਾ ਹੂੰ ਲੋਕੋਂ ਕੀ ਆਵਾਜ਼ ਜੋ ਪੰਜਾਬ ਕੀ। ਹਰਿਆਣਾ ਮੇਂ ਵੀ ਆਜ ਵੀ ਲੋਕ ਹੈ ਨਾ ਜੋ ਆਪਣੇ ਬਜ਼ੁਰਗ ਥੇ ਬਾਦਲ ਸਾਹਿਬ, ਹਾਂਜੀ, ਉਨਕਾ ਬੜਾ ਆਜ ਵੀ ਬੋਲਤੇ ਹੈ ਕਿ ਜਬ ਵੀ। ਮੈਂ ਭਾਈ ਸਾਹਿਬ ਇੱਕ ਉਹਦੇ ਚ ਮੈਂ ਇੱਕ ਥੋੜੀ ਜਿਹੀ ਬੇਨਤੀ ਕਰਨਾ ਚਾਹੁੰਦਾ, ਸਾਡੇ ਅੱਜ ਕੱਲ ਦੇ ਜਿਹੜੇ ਫੇਸਬੁੱਕ ਦੇ ਵਿਦਵਾਨ ਨੇ ਨਾ, ਵਿਦਵਾਨ ਉਹ ਲੋਕ ਬਣ ਗਏ ਨੇ ਜਿਨ੍ਹਾਂ ਦਾ ਪਿਛੋਕੜ ਗਲਤ ਤੋਂ ਗਲਤ ਆ। ਔਰ ਜਦੋਂ ਉਹ ਲੋਕ ਸਮਾਜ ਨੂੰ ਸੇਧ ਦਿੰਦੇ ਆ ਨਾ, ਤੇ ਬਹੁਤ ਬੁਰਾ ਲੱਗਦਾ ਵੀ ਯਾਰ ਇਹ ਲੋਕ ਸਾਨੂੰ ਸੇਧ ਦੇਣਗੇ, ਕਿਉਂਕਿ ਅਸੀਂ ਤਾਂ 84 ਵੀ ਦੇਖੀ, ਅਸੀਂ ਖਾੜਕੂਵਾਦ ਦਾ ਟਾਈਮ ਵੀ ਦੇਖਿਆ, ਅਸੀਂ ਚੰਗਾ ਵੀ ਦੇਖਿਆ, ਮਾੜਾ ਵੀ ਵੇਖਿਆ, ਸਾਨੂੰ ਤੇ ਪਤਾ ਇਹਨਾਂ ਲੋਕਾਂ ਦੀ ਕੀ ਉੱਥੇ ਰੋਲ ਰਿਹਾ ਜੀ। ਤੇ ਅੱਜ ਉਹਨਾਂ ਲੋਕਾਂ ਨੂੰ ਅਸੀਂ ਪ੍ਰਮੋਟ ਕਰੀ ਜਾਂਦੇ ਹਾਂ ਜਿਹੜੇ ਦਲਾਲ ਟਾਈਪ ਰਹੇ ਨੇ, ਜਿਨ੍ਹਾਂ ਨੇ ਲੜਾਈ ਲੜੀ ਆ, ਜਿਨ੍ਹਾਂ ਨੇ ਭਾਈਚਾਰਕ ਸਾਂਝ ਬਣਾ ਕੇ ਰੱਖੀ ਆ, ਉਹਨਾਂ ਨੂੰ ਅੱਜ ਅਸੀਂ ਗਦਾਰ ਕਹੀ ਜਾਂਦੇ ਹਾਂ ਵੀ ਇਹ ਗਦਾਰ ਹੈ ਜੀ, ਇਹ ਫਲਾਣ ਹੈ ਜੀ। ਉਹਨਾਂ ਨੇ ਉਸ ਵੇਲੇ ਇੱਕ ਭਾਈਚਾਰਕ ਸਾਂਝ ਬਣਾ ਕੇ ਰੱਖੀ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਪੰਜਾਬ 'ਚ ਇਕੱਲੇ ਸਿੱਖ ਨਹੀਂ ਵੱਸਦੇ, 40% ਸਨਾਤਨੀ ਨੇ ਇੱਥੇ, ਔਰ ਸਨਾਤਨੀ ਦੇ ਨਾਲ ਨਾਲ ਹੋਰ ਕਈ ਮੇਰੇ ਵੀਰ ਕਈ ਕਿੱਤਾਕਾਰੀ ਨੇ। ਸਾਡੇ ਨੇੜੇ ਅੰਮ੍ਰਿਤਸਰ ਸ਼ਹਿਰ ਆ, ਇਹਨੂੰ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਵਸਾਉਣਾ ਕੀਤਾ, ਤੇ ਇਹਦੇ ਵਿੱਚ ਜਦੋਂ ਵਸਾਇਆ ਨਾ ਇਹਨੂੰ, ਤੇ 12 ਤਰ੍ਹਾਂ ਦੇ ਕਿੱਤਾਕਾਰ ਮਹਾਰਾਜ ਲਾਹੌਰ ਤੋਂ ਆਪ ਲੈ ਕੇ ਆਏ ਵੀ ਆਓ ਤੁਸੀਂ ਇੱਥੇ ਸ਼ਹਿਰ ਬਣਾਇਆ ਆਪਾਂ ਤੇ ਇੱਥੇ ਆਣ ਕੇ ਕੰਮ ਕਰੋ। 12 ਤਰ੍ਹਾਂ ਦੇ ਲੋਕਾਂ ਨੂੰ ਤੇ ਉਹ ਲੈ ਕੇ ਆਏ ਆ, ਕੋਈ ਰਾਮਗੜੀਆ ਸਿੰਘ ਆ, ਕੋਈ ਸੁਨਿਆਰ ਸਿੰਘ ਆ, ਕੋਈ ਕਿਸੇ ਤਰ੍ਹਾਂ ਦਾ ਸਿੰਘ ਆ, ਤੇ ਇਹ ਤੇ ਕੋਈ ਸਾਡੇ ਇਹ ਤੇ ਹੈ ਹੀ ਨਹੀਂ ਵੀ ਅਸੀਂ ਅੱਜ ਪੰਜਾਬ 'ਚ ਇਕੱਲੇ ਸਿੱਖ ਹੀ ਰਹਿੰਦੇ ਤੇ ਬਾਕੀ ਇਹ ਪੰਜਾਬ ਕਿਸੇ ਹੋਰ ਦਾ ਹੈ ਹੀ ਨਹੀਂ ਆ। ਪੰਜਾਬ ਅਸਲ 'ਚ ਪੰਜਾਬੀਆਂ ਦਾ, ਤੇ ਪੰਜਾਬੀ ਉਹ ਬੰਦਾ ਜਿਹੜਾ ਸਾਰਿਆਂ ਲਈ ਸਾਂਝਾ ਜੀ। ਹਾਂਜੀ ਬਿਲਕੁਲ ਬਿਲਕੁਲ। ਤੋ ਅਭੀ ਬਾਬਾ ਜੀ ਕਿੱਧਰ ਸੇ ਦੇਖੇ ਵੈਸ ਪਹਿਲੇ ਬੁਰੀ, ਹਾਂਜੀ ਓਏ ਸੋਣੀ ਮੂੰਹ ਫੜ ਕੇ ਵਿਖਾਉਣਾ ਤਾਂ ਮੈਂ ਇੱਧਰ। ਤੋ ਬੁਰੀ ਬਾਬਾ ਜੀ ਇਹ ਨਿਕਾਲੇ ਖੁੱਲਾ ਹੀ ਹੈ ਮੂੰਹ, ਖੁੱਲਾ ਹੀ ਹੈ ਜੀ, ਇਹਦੇ ਵੀ ਨਾ ਜੀ 6 ਦੰਦ ਆ, ਕੰਨੀਆਂ ਖਲੋਤੀਆਂ ਨੇ ਇਹਦੀਆਂ ਜੀ। ਹਾਂ ਹਾਂ ਹਾਂ। ਤੇ 6 ਦੰਦ ਕਹਿ ਸਕਦੇ ਹਾਂ ਜੀ ਇਹਨੂੰ, ਦੂਜੇ ਸੂਬੇ ਸੂਈ ਹੈ ਜੀ। ਠੀਕ ਹੈ। ਤੇ 18 ਕਿਲੋ ਦੁੱਧ ਹੈ ਜੀ। ਠੀਕ ਹੈ। ਹੁਣ ਜਿਸ ਤਰ੍ਹਾਂ ਵੇਖੋ 6 ਦੰਦ ਹੈ ਜੀ, 18 ਕਿਲੋ ਦੁੱਧ ਹੈ ਜੀ, 16 ਦਿਨ ਦੀ ਸੂਈ ਹੈ ਜੀ। ਠੀਕ ਹੈ। 19-20 ਤੇ ਚਲੇ ਜੂਗੀ ਜੀ। 19-20 ਪੇ ਚਲੀ ਜਾਏਗੀ, 19-20 ਪੇ ਚਲੇ ਜਾਏਗੀ। ਜੋਤੀ ਤੇ ਥੋੜੀ ਲੱਤਾਂ ਦੇ ਵਿੱਚ ਵਿੱਚ ਰੱਖਦੀ ਆ, ਪਰ ਨਿੱਗਰ ਬਹੁਤ ਹੈ ਜੀ। ਠੀਕ ਹੈ। ਮਤਲਬ ਚਵਾਈ ਪਸਮਾਈ ਦੀ ਅਸਲ 'ਚ ਥਣ ਦੀ ਕੁਆਲਿਟੀ ਤੇ ਇਹੀ ਹੋਣੀ ਚਾਹੀਦੀ ਆ, ਲੋਟੀ ਥੋੜੀ ਜੀ ਜ਼ਰੂਰ ਲੱਤਾਂ ਦੇ ਵਿੱਚ ਆ, ਪਰ ਥਣ ਦੀ ਕੁਆਲਿਟੀ ਜੋ ਇਹਦੀ ਹੈ ਨਾ ਜੀ, ਮਤਲਬ ਬਿਲਕੁਲ ਸਿੱਧੇ ਥਣ, ਹਾਂ ਹਾਂ, ਚੜ ਚੋਂ ਮੋਟੇ ਥੱਲਿਓਂ ਬਰੀਕ, ਹਾਂ ਹਾਂ, ਥਣ ਦੀ ਕੁਆਲਿਟੀ ਤਾਂ ਇਹ ਚਾਹੀਦੀ ਆ। ਹਾਂ ਚੱਡਾ ਜ਼ਰੂਰ ਇੱਥੋਂ ਥੋੜਾ ਚੌੜਾ ਤੇ ਬਾਹਰ ਨਿਕਲਣਾ ਦਿਖਣਾ ਚਾਹੀਦਾ, ਉਹਦੇ ਨਾਲ ਸ਼ੋਅ ਵੱਧ ਸਕਦੀ ਮੱਝ ਦੀ, ਪਰ ਦੁੱਧ ਤਾਂ ਸ਼ਾਇਦ ਇਸ ਲਿਓਟੀ 'ਚ ਵੀ ਬਹੁਤ ਦੇ ਦੇਵੇ। ਬਾਕੀ ਹਾਈਟ ਦੇਖੋ ਸੁਰਿੰਦਰ ਜੀ ਕਿੰਨੀ ਹੈ ਮੱਝ ਦੀ, ਮਤਲਬ ਕਿੱਡਾ ਡੰਗਰ ਬਣ ਜਾਣਾ ਜੀ। ਦੁੱਧ ਵੀ 6 ਦੰਦ ਦਾ ਮੈਂ ਸਮਝਦਾ ਇੰਨੀ ਠੰਡ ਦੇ ਵਿੱਚ ਇੱਕ ਜਗ੍ਹਾ ਤੇ ਬੰਨੀ 18 ਕਿਲੋ ਪਲੱਸ ਹੋਊਗਾ ਜੀ, ਘੱਟ ਨਹੀਂ ਹੋਊਗਾ ਜੀ। ਠੀਕ ਹੈ। ਤੋ ਬਾਬਾ ਜੀ ਇਹ ਫਿਰ ਆਪਾਂ ਅਗਰ ਕੋਈ ਬਾਈ ਲੈਣਾ ਚਾਹੇ ਤੋ ਕਿਤਨੇ ਕੀ ਆਪਾਂ ਇਹ ਜੋਟੀ ਜੋ ਹੈ ਉਹ ਦੇ ਦੇਣੀ ਹੈ? ਇਹ ਸੁਰਿੰਦਰ ਜੀ 2,80,000 ਦੀ ਦੇ ਦੇਣਗੇ। 2,80,000 ਕੀ? ਹਾਂਜੀ। ਠੀਕ ਹੈ। ਤੋ ਇਹ ਦੇਖੀਏ ਜੀ, 2,80,000 ਰੁਪਏ ਕੀ ਦੂਸਰੇ ਸੂਏ ਕੀ 6 ਦਾਂਤ ਜੋਟੀ, ਬੜੀਆ ਛੋਟੇ ਸੀਂਗ ਕੀ ਔਰ ਲੰਬਾਈ ਉਚਾਈ ਕੀ ਬੜੀਆ ਔਰ ਨੀਚੇ ਸੇ ਆਰਡਰ ਥਣੋ ਕੀ ਕੁਆਲਿਟੀ, ਲਾਜਵਾਬ ਹੈ ਇਹ ਦੇਖੀਏ। 2,80,000 ਰੁਪਏ ਕੀ ਜੋਟੀ ਹੈ, ਗੁਰਵਾਲੀ ਫਾਰਮ ਅੰਮ੍ਰਿਤਸਰ ਪੇ ਜੋ ਹੈ ਖੜੀ ਹੈ। ਤੋ ਆਪ ਜੋ ਬਾਈ ਪੰਜਾਬੀ ਭਰਾ ਆਪਣੇ ਹੈ ਉਹ ਇਸ ਏਰੀਏ ਕੇ ਵੋ ਪਤਾ ਕਰ ਸਕਦੇ ਹੈ ਬਾਬਾ ਜੀ ਸੇ। ਇੱਕ ਅੱਗੇ ਦੇਖ ਰਹੇ ਹਾਂ ਜੀ ਬਹੁਤ ਤਕੜੀ ਜੋ ਹੈ ਬੈਂਸ, ਇਹ ਬਾਬਾ ਜੀ ਕਿਤਨੇ ਦਿਨ ਕੀ ਹੈ ਸੋਈ? ਇਹ ਸੋਈ ਨੂੰ ਸੁਰਿੰਦਰ ਜੀ ਹੋ ਗਏ ਨੇ ਤਕਰੀਬਨ 25 ਦਿਨ, ਇਹਦੇ ਪਿੱਛੇ ਕੱਟੀ ਹੈ ਜੀ। ਕੱਟੀ ਵੀ ਦੇਖੀਏ ਜੀ ਕਾਫੀ ਸੁੰਦਰ ਹੈ ਔਰ
25 दिन के जो है मझ को हो चुके हैं सूए हुए। तो बाबा जी ये कितना दूध पे है? दरअसल सुरेंद्र जी पिछले साल भी ये मझ असी लेंदे सी पर किसी और सज्जन ने सौदा किया सी बाद च वो छड़ गया ਅਸੀਂ ਇਸ ਵਾਰ ਲਈ ਆ। ਇਹ ਦਰਅਸਲ ਸੁਨੀਲ ਨੇ ਵਿੱਚ ਹੀ ਬਾਖੜੀ ਖਾਲੀ ਮੱਝ 1,80,000 ਦੀ ਚੰਗੇ ਰਿਕਾਰਡ ਵਾਲੀ ਇਹਨੇ ਖਾਰਕੀ ਨੇ ਸਾਲ ਹੁਣ ਤੀਜੇ ਸੂਬੇ ਸੋਈ ਹੈ ਜੀ। ਇਹ ਸੁਨੀਲ ਜੁਗਲਾਨ ਨੇ 1,80,000 ਦੀ ਖਾਸਾ ਪਿੰਡ ਹੈ ਉੱਥੇ ਵੇਚੀ ਸੀ ਜੀ। ਠੀਕ ਹੈ। ਹੁਣ ਸਾਡੇ ਕੋਲ ਅਜੇ ਤੇ ਵੀਰ ਜੀ ਇਹ 20 ਕਿਲੋ ਤੋਂ ਥੱਲੇ ਹੀ ਹੋਗੀ, ਭਾਵੇਂ 1/2 ਕਿਲੋ ਥੱਲੇ ਹੋਵੇ ਬਾਹਰ ਨਹੀਂ, ਪਰ ਅਸੀਂ ਆਪਣੀ ਵੱਲੋਂ 23-24 ਕਿਲੋ ਦੁੱਧ ਦੀ ਆਸ ਮੰਨ ਕੇ ਇਹਨੂੰ ਲੈ ਕੇ ਆਏ ਜੀ ਮੱਝ ਨੂੰ। 19 ਕਿਲੋ ਅੱਜ ਪੱਕਾ ਹੋਗਾ, 19 ਕਿਲੋ ਦੁੱਧ ਹੈ ਜੀ। ਪਰ ਹੋ ਸਕਦਾ ਸ਼ਾਇਦ ਚੱਲ ਪਏ ਥੋੜਾ ਨਾ, ਮੱਝ ਨੇ ਬੜੇ ਟਾਈਮ ਬਾਅਦ ਇੱਥੇ ਦਿਲ ਲਾਇਆ ਖਾਣ ਲੱਗੀਆਂ, ਕਿਉਂਕਿ ਉੱਧਰ ਉਹ ਕੱਚੇ ਤੇ ਆਈਆਂ ਹੁੰਦੀਆਂ ਨੇ ਮੱਝਾਂ, ਤੁਹਾਡੇ ਹਰਿਆਣੇ 'ਚ ਕੱਚਾ ਬਹੁਤ ਹੈ ਜੀ, ਤੁਹਾਡੇ 'ਤੇ ਵੇਖਿਆ ਲੋਕਾਂ ਨੇ ਅੰਦਰਾਂ 'ਚ ਵੀ ਰੇਤਾ ਪਾਈ ਹੈ ਜੀ। ਇੱਥੇ ਸਾਡੇ ਚਲੋ ਭਾਵੇਂ ਮੈਟ ਜ਼ਰੂਰ ਵਿਛੇ ਹੋਣ ਪਰ ਉਹ ਜਿੱਦਣ ਦੀ ਆਈਆਂ ਨੇ ਇੱਕ ਜਗ੍ਹਾ ਅੰਦਰ ਹੀ ਵਧੀਆਂ ਨੇ, ਔਰ ਠੰਡ ਇੰਨੀ ਜ਼ਿਆਦਾ ਤੁਸੀਂ ਆਪ ਦੇਖ ਲਓ ਤੁਹਾਡੇ ਹਰਿਆਣੇ ਨਾਲੋਂ 4-5 ਡਿਗਰੀ ਟੈਂਪਰੇਚਰ ਦਾ ਸਾਡੇ ਫਰਕ ਹੈ ਜੀ। ਇਸ ਵਾਰ ਜ਼ਿਆਦਾ ਠੰਡ ਹੈ? ਹਾਂਜੀ, ਸਾਡੇ ਇਸ ਵੇਲੇ ਟੈਂਪਰੇਚਰ 5 ਹੋਊਗਾ ਜੀ। ਠੀਕ ਹੈ ਹਾਂਜੀ। ਤਾਂ ਬਾਬਾ ਜੀ ਇਹ ਕਿੰਨੇ ਕੀ ਫਿਰ ਆਪਾਂ ਮਜ਼ਾ ਵੀ ਵੇਚਣੀ ਹੈ, ਅਗਰ ਵੇਚ ਕੋਈ ਬਾਈ ਲੇ ਤੋ? ਇਹ ਸੁਰਿੰਦਰ ਜੀ 3 ਲੱਖ ਦੀ ਦੇਵਾਂਗੇ। 3 ਲੱਖ ਰੁਪਏ ਦੀ? ਤਾਂ ਇਹ ਦੇਖਿਓ ਜੀ 3 ਲੱਖ ਰੁਪਏ ਕੀ ਵੇਚਣੀ ਹੈ, ਲੰਬਾਈ ਉਚਾਈ ਕੀ ਲਾਜਵਾਬ, ਔਰ ਅਭੀ ਲੰਬਾਈ ਤਾਂ ਮੁੱਕਦੀ ਨਹੀਂ ਕਿੱਟੀ ਹੈ ਜੀ। 19 ਕਿਲੋ ਦੁੱਧ ਜੋ ਹੈ ਉਤਰੀ ਹੈ ਜੀ। ਠੀਕ ਹੈ। ਸਿੰਘ ਹੈਗਾ ਜੀ, ਜੋ ਉੱਤੇ ਚੜਾਉਣਾ ਹੋਵੇ ਕਿਸੇ ਨੇ ਉਤਰੀ ਹੈ ਵੈਸੇ। ਅੱਛਾ, ਆਪਣੇ ਪਾਸ ਹੀ ਹੈ ਸਿੰਘ? ਹਾਂਜੀ। ਠੀਕ ਹੈ ਠੀਕ ਹੈ। ਇਹ ਦੇਖੇ ਜੀ ਕਾਫੀ ਸੁੰਦਰ ਜੋਟੀ, ਕੌਣ ਸੇ ਤੀਸਰੇ ਬਿਆਨਤ ਮੇ? ਤੀਸਰੇ ਬਿਆਨਤ ਮੇ। ਵੈਸੇ ਮੂੰਹ ਸੇ ਐਸੇ ਲੱਗ ਰਹੀ ਹੈ ਜੈਸੇ ਦੂਸਰੇ ਬਿਆਨਤ ਕੀ ਬਿਆਨਤ ਹੋ। ਨਹੀਂ, ਤੀਸਰੇ ਹੈ ਜੀ। ਹਾਂਜੀ, ਕਿਉਂਕਿ ਦੂਜੇ ਸੂਏ ਮੈਂ ਦੇਖੀ ਸੀ ਨਾ ਜੀ, ਸ਼ਾਇਦ ਨਾ ਦੇਖੀ ਹੁੰਦੀ ਤੇ ਭਾਵੇਂ ਅਗਲਾ ਦੂਸਰੇ ਕਹਿੰਦਾ ਮੈਨੂੰ ਜੀ। ਹਾਂ, ਦੂਸਰੇ ਸੂਏ ਮੈਂ ਦੇਖੀ ਸੀ ਪਰ ਉਦੋਂ ਕਿਸੇ ਹੋਰ ਨਾਲ ਸੌਦਾ ਹੋਇਆ ਸੀ। ਤਾਂ ਅਭੀ ਖਾਸਾ ਪਿੰਡ ਸੇ ਹੀ ਲਈ ਹੈ? ਖਾਸਾ ਪਿੰਡ ਸੇ। ਠੀਕ ਹੈ ਠੀਕ ਹੈ। ਖਾਸਾ ਤੇ ਲਈ, ਉਸੇ ਗਾਹਕ ਤੋਂ, ਉਸੇ ਜ਼ਿਮੀਂਦਾਰ ਕੋਲੋਂ ਲਈ ਆ, ਤੇ ਉਹ ਜ਼ਿਮੀਂਦਾਰ ਮਤਲਬ ਖੇਤਾਂ 'ਚ ਸੇਮ ਆ ਗਈ ਆ, ਕੋਈ ਸਾਧਨ ਕਮਾਈ ਦਾ ਹੈ ਨਹੀਂ, ਮੱਖੀਆਂ ਪਾਲਦਾ ਤੇ ਇੱਧਰ ਪੰਜਾਬ 'ਚ ਵੀ ਲੈ ਕੇ ਆਉਂਦਾ ਤੇ ਇਹੀ ਇੱਕ ਮੱਝ ਸੀ ਤੇ ਉਹਨੇ ਘਰਾਂ ਘੁਰਾਂ ਦੇ ਹਾਲਾਤ ਮਾੜੇ ਸੀ ਇਸ ਕਰਕੇ ਉਹਨੇ ਵੇਚੀ, ਉੱਦਾਂ ਤੇ ਉਹ ਕੱਟੀ ਕਰਕੇ ਕਹਿੰਦਾ ਮੈਂ ਵੇਚਣੀ ਨਹੀਂ, ਕਹਿੰਦਾ ਇਹ ਕੱਟੀ ਬੜੇ ਚੰਗੇ ਸੀਮਨ ਦੀ, ਹੁਣ ਸੀਮਨ ਤਾਂ ਮੈਂ ਪੁੱਛਿਆ ਨਹੀਂ ਕਿਹੜੇ ਦੀ ਆ, ਪਰ ਕਹਿੰਦਾ ਇਹ ਬਹੁਤ ਚੰਗੇ ਸੀਮਨ ਦੀ ਹੈ ਜੀ ਕੱਟੀ ਤੇ। ਠੀਕ ਹੈ ਠੀਕ ਹੈ। ਤਾਂ ਇਹ ਦੇਖੀਏ ਜੀ ਕਾਫੀ ਬੜੀਆ ਜੋਟੀ, ਔਰ ਇਸੇ ਅੱਗੇ ਫਿਰ ਇੱਕ ਹੋਰ ਬਹੁਤ ਹੀ ਖੂਬਸੂਰਤ ਖਾਰਕੀ ਹੈ ਜੀ। ਪਹਿਲੇ ਬਿਆਨ ਦੀ ਦਾਤੋਂ ਮੈਂ ਕੈਸੇ ਹੋ ਗਈ ਬਾਬਾ? ਦਾਤੋਂ ਚ ਚਾਹ ਸੋਹਣੀ ਮੱਝ ਤੇ ਦੰਦ ਵਿਖਾਈ, ਜਿੱਦਾਂ ਲਈ ਉਦੋਂ ਤੇ ਸੁਰਿੰਦਰ ਜੀ ਚਾਹ ਰਹੀ। ਇਸਮੇ ਦੁੱਧ ਕਿਤਨਾ ਕਾ ਬਾਬਾ ਜੀ? 18 ਕਿਲੋ ਦੁੱਧ ਹੈ ਸੁਰਿੰਦਰ ਜੀ। ਅਭੀ 18 ਕਿਲੋ। ਤੋ ਇੱਕ ਵਾਰ ਮੈਂ ਜੋਟੀ ਦਿਖਾ ਦਿੱਤਾ ਹੂੰ ਜੀ, ਦੇਖੀਏ ਬਿਲਕੁਲ ਛੋਟੇ ਸਿੰਘ ਕੀ ਤੋੜ ਕੇ ਵਿਖਾ ਦਿੰਦੇ ਔਰ ਬਹੁਤ ਹੀ ਬੜੀਆ ਖੋਲਣਾ ਫਿਰ ਲੈਂਥ ਵੀ ਵਾਧੂ ਹੈ ਜੀ, ਜਗਾਤ ਖੋਲ ਕੇ ਤੋਰੀ ਇਹਨੂੰ ਔਰ ਨੀਚੇ ਕੀ ਕਾਫੀ ਅੱਛੀ ਹੈ ਸੁਰਿੰਦਰ ਜੀ, ਅੰਦਰ ਵਧੀਆ ਵੇਖੋ ਸਕਿਨ ਉੱਤੋਂ ਕਾਲੀ ਹੈ ਤੇ ਥੱਲੇ ਲਾਲ ਨਿਕਲੀ ਜਾਂਦੀ ਹੈ। ਹਾਂ। ਤੋ ਬਾਬਾ ਜੀ ਇਹ ਫਿਰ ਕਿਤਨੇ ਕਿਸ ਕੀ ਕਿਤਨੇ ਪੂੰਜੀ ਹੋ ਗਈ, ਕਿਤਨਾ ਰੇਟ ਹੋਗਾ ਇਹ? ਸੁਰਿੰਦਰ ਜੀ 2,70,000 ਹੀ ਦੇਵਾਂਗੇ ਜੀ। 2,70 ਪਹਿਲਣ ਹੈ ਜੀ, 18 ਕਿਲੋ ਦੁੱਧ ਹੈ ਸੁਰਿੰਦਰ ਜੀ ਦੇ ਥੱਲੇ। ਉਹ ਵੱਡੀਆਂ ਮੱਝਾਂ ਨਾਲੋਂ ਕਿੰਨਾ ਵਜਨ ਛੋਟਾ ਜੀ, ਫਿਰ ਵੀ 18 ਕਿਲੋ ਦੁੱਧ ਹੈ ਜੀ। ਤੇ ਜਦੋਂ ਅਗਲੇ ਸੂਏ ਜਾਊਗੀ 20+ ਤੇ ਦੇਊਗੀ, ਤੀਜੇ ਜਾ ਕੇ 22-23 ਤੇ ਜਾਊਗੀ। ਜਿੱਦਾਂ ਹੁਣ ਇਹੋ ਜਿਹੇ ਪਸ਼ੂ ਤੇ ਇਨਵੈਸਟ ਕੀਤਾ ਹੋਵੇ, ਨਾਲ ਬੱਚੇ ਲੈ ਲਵੇ, ਨਾਲੇ ਇਹਨੇ ਕਦੀ ਵੱਡੇ ਹੀ ਨਹੀਂ ਹੋਣਾ ਜੀ ਪਸ਼ੂ ਨੇ। ਬਿਲਕੁਲ ਬਿਲਕੁਲ। ਕਿੱਡਾ ਕੁ ਸਿੰਘ ਹੈ ਜੀ, ਦੰਦਾਂ 'ਚ ਮੱਝ ਆ, ਥਣਾਂ ਦੀਆਂ ਵਿਰਲੇ ਠੀਕ ਹੈ ਜੀ,
ਕਰੈਕਟਰ ਸਾਰੇ ਠੀਕ ਨੇ, ਥਣ ਸਿੱਧੇ ਆ ਜੀ। ਹਾਂਜੀ, ਮੇਨ ਥਣ ਸਿੱਧਾ ਜ਼ਰੂਰ ਆਪਣੇ ਪਸ਼ੂ ਪਾਲਕ ਨੂੰ ਚਾਹੀਦਾ ਵੀ ਥਣ ਜ਼ਰੂਰ ਸਿੱਧਾ ਹੋਵੇ ਜਦੋਂ ਮੱਝ ਨੂੰ ਲੈਣ, ਕੋਸ਼ਿਸ਼ ਇਹ ਹੋਵੇ ਥੋੜ੍ਹਾ ਬਹੁਤਾ ਵਿੰਗਾ ਹੋ ਜਾਵੇ ਕੋਈ ਚੱਕਰ ਨਹੀਂ, ਪਰ ਥਣ ਨੂੰ ਜ਼ਰੂਰ ਸਿੱਧਾ ਲੈਣ ਜੇ ਕੋਈ ਚਾਹੁੰਦੇ ਆ ਵੀ ਮੱਝ ਦੁੱਧ 'ਚ ਚੰਗੀ ਨਿਕਲੇ। ਤਾਂ ਬਾਬਾ ਜੀ 2-3 ਲੱਖ ਰੁਪਏ ਵਾਲੀ ਕਾ ਤੋਂ ਆਪਾਂ ਸਿੱਧਾ ਦੇਖ ਲੈਂਗੇ, ਜਿਨ ਭਾਈਓ ਕੋਈ ਲੈਣੀ ਲੱਖ 1.25 ਲੱਖ ਕੀ ਉਹ ਤਾਂ ਫਿਰ ਨਹੀਂ, ਉਹ ਫਿਰ ਉਹਨਾਂ ਦੀ ਮਰਜ਼ੀ ਜੀ, ਉਹ ਜੋ ਮਰਜ਼ੀ ਕਰਨ ਉਹਨਾਂ ਦੀ ਮੌਜ ਹੈ ਜੀ। ਹਾਂਜੀ, ਕਿਉਂਕਿ ਫਿਰ ਇਤਨੇ ਸਿੱਧੇ ਥਣ ਵਾਲੀ ਸੋਮੇ ਸੇ ਮੱਝ ਵੀ 2-4 ਮਿਲਤੀ ਹੈ, ਫਿਰ ਹਮਾਰੇ ਜੈਸੇ ਵੇਚਣੇ ਵਾਲੋ ਕੋ ਮੁਸ਼ਕਿਲ ਹੋ ਜਾਏਗੀ। ਨਹੀਂ ਉਹ ਗੱਲ ਤਾਂ ਸੰਸਨੀਵਾਲ ਜੀ, ਵੈਸੇ ਨਾ ਇੱਕ ਬੇਨਤੀ ਕਰਾਂ, ਸਾਡੇ ਏਰੀਏ 'ਚ ਵੀ ਪਹਿਲਾਂ ਲੋਕਾਂ ਦਾ ਇੱਕ ਮਾਇੰਡ ਇਹ ਸੈੱਟ ਸੀ ਕਿ ਮੱਝ 1 ਲੱਖ ਜਾਂ 1.25 ਲੱਖ ਦੀ, ਹੁਣ ਜਦੋਂ ਪਤਾ ਲੱਗਾ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਦੁੱਧ ਤੋਲਿਆ, ਪਹਿਲਾਂ ਤਾਂ ਨਾ ਕਈ ਵੀਰ ਇੱਥੇ ਆਉਂਦੇ ਨੇ ਮੱਝ ਲੈਣ, ਕਹਿਣਗੇ ਵੀ ਸਾਡਾ ਪਰਿਵਾਰ ਸਾਨੂੰ ਜਦੋਂ ਅਸੀਂ ਵੀਡੀਓ ਵੇਖਦੇ ਹਾਂ ਨਾ, ਤਾਂ ਵੀਡੀਓ ਦੇ ਵਿੱਚ ਜਿੱਦਾਂ ਮੈਂ ਬੋਲਤਾ ਵੀ ਇਹ 20 ਦਿੰਦੀ ਆ, 22 ਦਿੰਦੀ ਆ, ਕਈ ਹੁਣ ਵੀਰ 25 ਬੋਲਣ ਵਾਲੇ ਵੀ ਹੈਗੇ ਆ ਜੀ, ਤੇ ਉਹ ਕਹਿੰਦੇ ਵੀ ਸਾਡੀਆਂ ਘਰ ਵਾਲੀਆਂ ਜਾਂ ਸਾਡੀਆਂ ਮਾਤਾਵਾਂ ਨੇੜੇ ਬੈਠੀਆਂ ਜਦੋਂ ਸੁਣਦੀਆਂ ਨੇ, ਉਹ ਕਹਿੰਦੀਆਂ ਬੰਦ ਕਰੋ ਫੋਨ ਨੂੰ, ਰੋਜ਼ ਝੂਠ ਸੁਣਦੇ ਰਹਿੰਦੇ ਜੇ, ਕਦੀ ਸਾਡੇ ਘਰ ਤੇ 20 ਕਿਸੇ ਨੇ ਦਿੱਤਾ ਨੀ। ਤੇ ਜਦੋਂ ਉਹਨਾਂ ਨੂੰ ਆਖੀਦਾ ਵੀ ਭਾਈ ਤੁਸੀਂ ਮੱਝ ਲੈ ਜਾਓ, ਹਫਤਾ 10 ਦਿਨ ਚੋ ਕੇ ਫਿਰ ਪੈਸੇ ਭੇਜ ਦਿਓ, ਤੇ ਨਾਲੇ ਵੇਖ ਲਿਓ 20 ਦਿੰਦੀ ਹੈ ਜਾਂ ਨਹੀਂ ਦਿੰਦੀ। ਪਰ ਇਹ ਆ ਵੀ 20 ਚੋਣ ਵਾਸਤੇ ਜੇ ਤੇ ਪੈਸੇ ਲੱਗੇ ਆ, ਫਿਰ ਪੈਸਿਆਂ ਦੀ ਮੈਂ ਤਾਂ ਦੱਸਾਂ ਜੀ ਬੇਨਤੀ ਆ, ਆਪਾਂ ਕੋਈ ਅਗਲਾ ਸੋਚੇ ਵੀ ਪਤਾ ਨਹੀਂ ਇਹਨਾਂ ਚੋਂ ਕਿੰਨਾ ਕੁ ਬਾਬਾ ਜੀ ਨੇ ਪ੍ਰੋਫਿਟ, ਕੋਈ ਆ ਜਾਵੇ ਮੈਂ ਦੱਸ ਦੂੰ ਵੀ ਯਾਰ ਇੱਥੋਂ ਇੰਨੇ ਦੀ ਆਈ ਹੂੰ ਤੇ ਇੰਨਾ ਮੇਰਾ ਖਰਚਾ ਜੀ, ਕਿਉਂਕਿ ਸਾਡਾ ਖਰਚਾ ਆਮ ਲੋਕਾਂ ਨਾਲੋਂ ਵੱਧ ਹੁੰਦਾ ਜੀ। ਉਹਦਾ ਕਾਰਨ ਇੱਕ ਤਾਂ ਆਪਣੀ ਗੱਡੀ ਤੇ ਬੇਪਰਵਾਹ ਜੇ ਜਾਈਦਾ ਜੀ, ਭਾਵੇਂ 3 ਦਿਨ ਲੱਗ ਜਾਣ, 4 ਦਿਨ ਲੰਘ ਜੇ, ਦੂਜੀ ਗੱਲ ਆ ਮੱਝਾਂ ਭਾਵੇਂ ਮੈਂ 2 ਲਵਾਂ 4 ਲਵਾਂ 6 ਲਵਾਂ, ਆਉਣੀ 2 ਮੱਝਾਂ ਪਿਕਅਪ 'ਚ ਹੀ ਹੈ ਜੀ। ਤੇ ਓਦਾਂ ਤੇ ਕੀ ਹੁੰਦਾ, ਵਪਾਰੀ ਲੋਕ ਤੇ 10 ਮੱਝੇ ਇੱਕੇ ਟਰੱਕ 'ਚ ਲੈ ਆਉਂਦੇ ਆ ਜੀ, ਮੈਂ ਪਿਕਅਪ 'ਚ 2 ਮੱਝਾਂ ਤੇ ਪਿਕਅਪ ਦਾ ਕਿਰਾਇਆ 13-14 ਹਜ਼ਾਰ ਹੈ ਜੀ ਸਾਡੇ, ਤੇ 7 ਹਜ਼ਾਰ ਇੱਕ ਮੱਝ ਦਾ ਕਿਰਾਇਆ ਲੱਗ ਜਾਂਦਾ ਜੀ, 3-4 ਹਜ਼ਾਰ ਦਲਾਲੀ ਲੱਗ ਜਾਂਦੀ ਹੈ ਮੱਝ ਦੀ ਜੀ, ਉੱਥੇ ਮੱਝ ਕਿਸੇ ਦੇ ਘਰੋਂ ਲਿਆ ਕੇ ਜਿੱਥੇ ਆਪਾਂ ਰਹਿੰਦੇ ਉੱਥੇ ਮੱਝ ਲਿਆਉਣੀ ਹੈ, 1-2 ਹਜ਼ਾਰ ਦਾ ਉਹ ਖਰਚਾ ਲੱਗ ਜਾਂਦਾ ਜੀ, ਕੁਛ 2-3 ਦਿਨ 'ਚ ਕਿਤੇ ਹੋਰ ਕੇ ਢਾਬੇ ਤੋਂ ਰੋਟੀ ਖਾਧੀ, ਮਤਲਬ ਸਾਡਾ ਤੇ 15-20 ਹਜ਼ਾਰ ਖਰਚਾ ਹੀ ਹੈ ਜੀ ਮੱਝ ਤੇ, ਸਭੀ ਘਾ ਜਾਂਦਾ ਬਾਬਾ ਜੀ। ਇਸ ਕਰਕੇ ਚਲੋ ਸਾਡਾ ਧੰਦਾ ਨੀ, ਤੇ ਚਲੋ ਮੈਂ ਵੇਚਣ ਦੀ ਗੱਲ ਤਾਂ ਕਰ ਰਿਹਾ, ਕਈ ਵੀਰ ਆਉਂਦੇ ਨੇ ਤੇ ਫਿਰ ਜੇ ਅਸੀਂ ਆਖੀਏ ਵੀ ਅਸੀਂ ਵੇਚਣੀ ਨੀ, ਵੇਖੋ ਮੇਰਾ ਪ੍ਰੋਫੈਸ਼ਨਲ ਧੰਦਾ ਨੀ, ਮੇਰਾ ਅਸਲ ਕੰਮ ਹੈ ਦੁੱਧ ਵੇਚਣਾ ਜੀ, ਪਰ ਇਹ ਤਾਂ ਕਰਕੇ ਰੇਟ ਦੱਸ ਰਿਹਾ ਜੇ ਕਿਸੇ ਨੂੰ ਵਾਰਾ ਖਾਂਦੀ ਹੋਵੇ ਜੀ ਸਦਕੇ ਲੈ ਜਾਵੇ, ਤੇ ਤਾਂ ਮੈਂ ਕਹਿ ਰਿਹਾ ਜੀ ਵੀ ਰੇਟ ਤਾਂ ਦੱਸ ਰਿਹਾ, ਅੱਗੇ ਦੱਸੀ ਤਾਂ ਹੁੰਦੇ ਵੀ ਇੰਨੇ ਦੀ ਆਈ ਆ, ਹੁਣ ਤਾਂ ਕਰਕੇ ਰੇਟ ਦੱਸਿਆ ਵੀ ਭਾਈ ਇੰਨੇ ਦੀ ਲੈ ਜਾਓ ਤੁਸੀਂ ਜੀ ਸਦਕੇ ਹਾਜ਼ਰ ਆ ਤੁਹਾਡੇ ਲਈ। ਹਾਂਜੀ, ਨਹੀਂ ਤਾਂ ਆਪਾਂ ਤਾਂ ਦੁੱਧ ਤੋਂ ਆਪਣਾ ਜਾਈ ਰਿਹਾ ਵਧੀਆ ਰੇਟ ਨਾਲ ਸਾਡੋ ਜੀ, ਇਹ ਤੇ ਕਰਮ ਵਾਲੀਆਂ ਨੇ ਜਿੰਨੀਆਂ ਵੀ ਇਹ ਮੱਝਾਂ ਨੇ ਨਾ ਜੀ, ਇੱਕ ਸੂਏ ਦੇ ਵਿੱਚ ਸਾਡੀ 70% ਇਹਨਾਂ ਨੇ ਆਪਣੀ ਜਿਹੜੀ ਉੱਤੇ ਪੈਸੇ ਲੱਗੇ ਨਾ ਸਾਨੂੰ ਕਵਰ ਕਰਾ ਦੇਣੇ ਆ ਜੀ। ਬਾਬਾ ਜੀ ਅਭੀ ਦੁੱਧ ਕੇ ਰੇਟ ਕੁਛ ਕਮ ਹੋਏ ਆ ਜੈਸੇ? ਸਾਡੇ ਨਹੀਂ ਹੋਏ ਜੀ। ਅੱਛਾ, ਇਹ ਵੈਰਕਾ ਵਗੈਰਾ ਨੇ ਤੋਂ ਇਸਨੇ ਦਰਸਲ ਨਾ ਜੀ, ਇਹ ਵਧੀਆ ਗੱਲ ਆ। ਹਾਂ ਵੀ ਜੇ ਮੰਦਾ ਆਇਆ ਜੀ, ਪਿਛਲੇ ਸਾਲ ਸਰਦੀ 'ਚ ਮੰਦਾ ਨਹੀਂ ਸੀ ਆਇਆ, ਤੇ ਹਰ ਇੱਕ ਚੀਜ਼ ਦਾ ਨਾ ਇੱਕ ਐਕਸ਼ਨ ਤੇ ਰਿਐਕਸ਼ਨ ਹੁੰਦਾ ਜੀ। ਜੇ ਦਿਨ ਆ ਤੇ ਰਾਤ ਦੀ ਵੈਲਿਊ ਆ, ਜੇ ਰਾਤ ਆ ਤੇ ਦਿਨ ਦੀ ਵੈਲਿਊ ਆ, ਜੇ ਮੰਦਾ ਤੇ ਤੇਜ਼ੀ ਆਊਗੀ। ਪਿਛਲੇ ਸਾਲ ਮੰਦਾ ਆਇਆ ਹੀ ਨਹੀਂ, ਤੇਜ਼ੀ ਆਈ ਨਹੀਂ। ਪਿਛਲੇ ਸਾਲ ਸਰਦੀਆਂ 'ਚ ਦੁੱਧ ਤੇਜ਼ ਰਿਹਾ ਤੇ ਗਰਮੀਆਂ 'ਚ ਵੀ ਉੱਥੇ ਰਿਹਾ ਜੀ ਪਿਛਲੇ ਸਾਲ, ਨਹੀਂ ਤੇ ਲੋਕਾਂ ਦਾ ਇਹ ਮਾਇੰਡ ਸੀ ਵੀ ਜੇ ਸਰਦੀ 'ਚ ਦੁੱਧ ਦਾ ਰੇਟ ਨਹੀਂ ਘਟਿਆ ਤੇ ਗਰਮੀ ਦੇ ਵਿੱਚ 10 ਰੁਪਏ ਦੁੱਧ ਵਧੂਗਾ, ਖਾਸ ਨਹੀਂ ਵਧਿਆ। ਪਰ ਜੇ ਐਤਕੀ ਮੰਦਾ ਆਇਆ, ਇਹ ਗੱਲ ਮੈਂ ਦਾਅਵੇ ਨਾਲ ਕਹਿੰਦਾ ਵੀ ਤੇਜ਼ੀ ਵੀ ਜ਼ਰੂਰ ਆਊਗੀ। ਠੀਕ ਹੈ, ਹਾਂਜੀ, ਇਹ ਚੀਜ਼ ਜ਼ਰੂਰੀ ਆ, ਇਹ ਸਮਾਜ ਦਾ ਹਿੱਸਾ ਨੇ ਵੀ ਇਹ ਮੰਦੇ ਦੇ ਬਾਅਦ ਹੀ ਤੇਜ਼ੀ ਆਊਗੀ। ਇਸ ਕਰਕੇ ਦਸਤੂਰ ਆ
ਪਰ ਅਸੀਂ ਲੋਕ ਸ਼ਹਿਰ ਦੇ ਨੇੜੇ ਰਹਿੰਦੇ ਹਾਂ ਜੀ, ਘਰਾਂ 'ਚ ਦੁੱਧ ਜਾਂਦਾ, ਇਸ ਕਰਕੇ ਘਰਾਂ ਵਾਲਿਆਂ ਨਾਲ ਤਾਂ ਅਸੀਂ ਜਿਹੜਾ ਇੱਥੇ ਲੋਕਲ ਵੇਚਦੇ ਹਾਂ ਨਾ ਜੀ, ਪਹਿਲਾਂ ਤਾਂ ਅਸੀਂ 70 ਰੁਪਏ ਕਰਤਾ ਸੀ ਜੀ, ਅਤੇ ਹੁਣ ਜਿੱਦਣ ਦਾ ਪੋਹ ਦਾ ਮਹੀਨਾ ਚੜ੍ਹਿਆ ਜੀ, ਹੁਣ ਉਹਨਾਂ ਨੂੰ ਕਿਹਾ ਭਾਈ ਵਿਸਾਖੀ ਤੱਕ ਤੁਹਾਨੂੰ 60 ਰੁਪਏ ਦੇ ਦਿਆ ਕਰਾਂਗੇ, ਅਤੇ ਕਿਉਂਕਿ ਬਾਹਰ ਜੇ ਲੋਕਾਂ ਦੇ ਰੇਟ ਘੱਟ ਹੈ ਤਾਂ ਤੁਸੀਂ ਵੀ ਘੱਟ ਲੈ ਜਾਓ ਉਨ੍ਹਾਂ ਚਿਰ, ਅਤੇ ਉੱਦਾਂ ਵੈਸੇ ਡੇਅਰੀ ਵਾਲੇ ਨੇ ਸਾਡਾ ਜਿਹੜਾ ਅਸੀਂ ਵਾਧੂ ਦੁੱਧ ਡੇਅਰੀ 'ਤੇ ਪਾਉਂਦੇ, ਉਹਨਾਂ ਸਾਡਾ ਰੇਟ ਨਹੀਂ ਘਟਾਇਆ, ਉਹ ਸਾਡਾ ਰੇਟ ਠੀਕ ਹੈ ਜੀ। ਠੀਕ ਹੈ, ਠੀਕ ਹੈ, ਠੀਕ ਹੈ ਬਾਬਾ ਜੀ। ਹੋਰ ਕੁਛ ਦਾਣਾ ਦੂਣਾ ਕਿਆ ਡਾਲਤੇ ਹੈ ਬਾਬਾ ਜੀ, ਕੁਛ ਬਤਾ ਦਿਓ ਆਪਾਂ। ਵੈਸੇ ਤਾਂ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਇੱਕ, ਤੁਹਾਡੇ ਹਰਿਆਣੇ 'ਚ ਤਾਂ ਚਣਾ ਚੂਰੀ ਤੁਹਾਨੂੰ ਲੋਕਾਂ ਨੂੰ ਉੱਥੋਂ ਨੇੜਿਓਂ ਮਿਲ ਜਾਂਦੀ ਹੈ, ਔਰ ਜੇ ਨਾ ਮਿਲੇ ਚੰਗੀ ਤਾਂ ਤੁਸੀਂ ਚੇਂਜ ਵੀ ਕਰ ਲਓਗੇ। ਹਾਂ ਹਾਂ। ਅਤੇ ਅੰਮ੍ਰਿਤਸਰ ਜਾਂ ਸਾਡੇ ਪੰਜਾਬ 'ਚ ਕੋਈ ਚੂਰੀ ਮੰਗਾਵੇ ਔਰ ਚੂਰੀ ਨਿਕਲਾਵੇ ਮਾੜੀ, ਹਾਂ ਹਾਂ, ਅਤੇ ਉਹਦਾ ਕੋਈ ਵਾਲੀ ਵਾਰਸ ਨਹੀਂ ਜਾਏਗਾ। ਜੇ ਕਿਸੇ ਨੇ ਚੂਰੀ ਮੰਗਾਉਣੀ ਆ ਭਾਈ, ਆਪਣੀ ਜ਼ਿੰਮੇਵਾਰੀ 'ਤੇ ਮੰਗਾਇਓ, ਦੁਕਾਨਦਾਰ ਕੋਈ ਚੰਗੇ ਕੋਲੋਂ ਮੰਗਾਇਓ, ਨਹੀਂ ਤਾਂ ਲੁਟੇਰੇ ਜ਼ਿਆਦੇ ਜੇ ਅਸਲ ਦੁਕਾਨਦਾਰ ਘੱਟ ਨੇ। ਬਿਲਕੁਲ। ਅਤੇ ਵੈਸੇ ਮੇਨ ਸਾਡਾ ਦਾਣਾ ਤਾਂ ਉਹੀ ਹੈ ਜੀ, ਵਾਰ ਵਾਰ ਕਰੀਏ ਇੱਕ ਬਿਨੌਲਾ ਵੜੇਵਿਆਂ ਦੀ ਖਲ, ਕਣਕ ਦਾ ਦਲੀਆ, ਚਣੇ ਦਾ ਛਿਲਕਾ ਕਾਲੇ ਚਣੇ ਦਾ, ਔਰ ਕਾਲੇ ਚਣੇ ਦੀ ਚੂਰੀ ਜਾਂ ਕਾਲੇ ਚਣੇ ਦਾ ਖੰਡਾ। ਠੀਕ ਹੈ। ਹਾਂਜੀ, ਚੂਰੀ ਇਹ ਹੁੰਦੀ ਆ, ਉਹਦੇ 'ਚ ਬੇਸਣ ਹੁੰਦਾ ਜੀ, ਬਰੀਕ ਹੁੰਦੀ ਆ, ਜਿਹੜਾ ਖੰਡਾ ਹੁੰਦਾ ਜੀ, ਉਹਦੇ ਵਿੱਚ ਛਿਲਕਾ ਦੇ ਨਾਲ ਛੋਟੇ ਛੋਟੇ ਕਣਕੇ ਦਾਣੇ ਦਿੰਦੇ ਜੀ। ਠੀਕ ਹੈ। ਹਾਂਜੀ। ਔਰ ਬਾਕੀ ਮਿਨਰਲ ਮਿਕਸਚਰ ਦੇਣਾ ਚਾਹੀਦਾ ਜੀ, ਜਿਹੜੀ ਮੱਝ 15-18-20 ਕਿਲੋ ਦੁੱਧ ਦਿੰਦੀ ਹੈ ਜੀ, ਉਹਨੂੰ ਰੈਗੂਲਰ ਪਹਿਲੇ 3-4 ਮਹੀਨੇ ਮਿਨਰਲ ਮਿਕਸਚਰ ਜ਼ਰੂਰ ਦਿਓ ਜੀ। ਠੀਕ ਹੈ। ਸਭ ਤੋਂ ਵੱਡੀ ਗੱਲ ਹੈ ਵੈਕਸੀਨੇਸ਼ਨ ਜ਼ਰੂਰ ਕਰਾਓ। ਠੀਕ ਹੈ। ਔਰ ਜਿਸ ਤਰ੍ਹਾਂ ਬਰੋਸਲੋਸਿਸ ਦੀ ਬਿਮਾਰੀ ਹੈ ਜੀ ਇੱਕ, ਜਿਹਦੇ ਨਾਲ ਮੱਝ ਬੱਚਾ ਸੁੱਟਦੀ ਆ, 7ਵੇਂ 8ਵੇਂ ਮਹੀਨੇ 'ਚ ਜਾ ਕੇ ਕਈ ਮੱਝਾਂ ਬੱਚਾ ਸੁੱਟ ਦਿੰਦੀਆਂ ਨੇ, ਉਹ ਤਕਰੀਬਨ ਬਰੋਸਲੋਸਿਸ ਪੋਜ਼ਿਟਿਵ ਹੋਣਗੀਆਂ, ਤੇ ਉਹਦੇ ਵਾਸਤੇ ਚਲੋ ਉਹ ਤੇ ਜਿਨ੍ਹਾਂ ਨੂੰ ਆ ਗਈ ਬਿਮਾਰੀ ਉਹ ਤਾਂ ਆ ਗਈ ਜੀ, ਉਹ ਨਹੀਂ ਹਟਣੀ, ਪਰ ਅਗਾਂਹ ਵੈਕਸੀਨ ਆ ਗਈ ਹੈ 6 ਮਹੀਨੇ ਦੀ ਕਟੜੀ ਤੱਕ, ਉਹ ਵੈਕਸੀਨ ਆਪਾਂ ਲਾ ਸਕਦੇ ਹਾਂ ਕੱਟੀ ਨੂੰ ਵੀ ਔਰ ਵੱਛੀ ਨੂੰ ਵੀ। ਤੇ ਮੈਂ ਜ਼ਿੰਮੀਦਾਰ ਭਰਾਵਾਂ ਨੂੰ ਵੀ ਬੇਨਤੀ ਕਰੂੰਗਾ ਵੀ ਸਰਕਾਰੀ ਹਸਪਤਾਲ ਜਾਂ ਸਰਕਾਰੀ ਡਾਕਟਰ ਕੋਲ ਪੁੱਛ ਕੇ ਜਾਂ ਪ੍ਰਾਈਵੇਟ ਕਿਤੇ ਬਰੋਸਲੋਸਿਸ ਦੀ ਵੈਕਸੀਨ ਲੈ ਕੇ ਜੇ ਕੱਟੀਆਂ ਪਾਲਣੀਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਲਾਓ, ਕਿਉਂਕਿ ਭਾਵੇਂ ਡਾਕਟਰ ਇਹ ਗੱਲ ਜ਼ਰੂਰ ਕਹਿੰਦੇ ਆ ਵੀ ਇਹਦਾ ਸ਼ਾਇਦ ਲਾਈਫ ਟਾਈਮ ਦਾ ਕੋਈ ਫਾਇਦਾ ਨਾ ਹੋਵੇ ਵੈਕਸੀਨ ਦਾ, ਪਰ ਤਕਰੀਬਨ ਜਿੰਨੀ ਕੁ ਮੇਰੀ ਡਾਕਟਰਾਂ ਨਾਲ ਗੱਲ ਹੋਈ ਆ, ਉਹ ਕਹਿੰਦੇ ਆ ਵੀ ਤਕਰੀਬਨ 80% ਇਹਦਾ ਫਾਇਦਾ ਹੈਗਾ ਵੈਕਸੀਨ ਦਾ, ਵੀ 80% ਤੱਕ ਇਹ ਬਰੋਸਲੋਸਿਸ ਨਹੀਂ ਆਉਣ ਦਿੰਦੀ ਜੇ ਡੇਅਰੀ ਪਾਲਕ ਜਾਂ ਪਸ਼ੂ ਪਾਲਣ ਸਿਆਣਾ ਹੋਵੇ ਤਾਂ। ਇੱਕ ਛੋਟੀ ਸੀ ਬਾਤ ਹੋਰ ਮੈਂ ਵੀ ਜੋੜ ਦੂੰ ਬਾਬਾ ਜੀ ਇਸਮੇ, ਜੈਸੇ ਕਿ ਆਪਾਂ ਕੰਮ ਕਰ ਰਹੇ ਹਾਂ ਸੀਮਨ ਪੇ, HSB ਪੇ, ਤੋ ਬੁੱਲ ਵੀ ਡਿਜ਼ੀਜ਼ ਫਰੀ ਹੋਣੇ ਜ਼ਰੂਰੀ ਹੈ। ਅਗਰ ਬੁਰਸੈਲਾ ਪੋਜ਼ਿਟਿਵ ਕੋਈ, ਅਗਰ ਬੁਰਸੈਲਾ ਪੋਜ਼ਿਟਿਵ ਕੋਈ ਕੱਟਾ ਹੈ, ਕਿਉਂਕਿ ਮੋਸਟਲੀ ਜੋ ਛੋਟੇ ਛੋਟਾ ਦੁਕਾਨ ਸੀ ਖੋਲ੍ਹੇ ਬੈਠੇ ਹੈ ਸੀਮਨ ਕਾ ਕੰਮ ਕਰ ਰਹੇ ਹੈ, ਉਹ ਬੁੱਲੋਂ ਕੋ ਆਪਣੇ ਕੋ ਚੈੱਕ ਹੀ ਨਹੀਂ ਕਰਾਤੇ ਹੈ। ਮੈਂ ਸੁਰਿੰਦਰ ਜੀ ਇਹਦੇ ਵਾਸਤੇ ਨਾ ਜ਼ਰੂਰ ਕਹਿਣਾ ਚਾਹੂੰਗਾ, ਵੇਖੋ ਤੁਹਾਡਾ ਤੇ ਆ ਸੀਮਨ ਸੈਂਟਰ ਇੱਕ ਹੱਬ ਆ ਪੂਰਾ, ਤੁਹਾਡੇ ਕੋਲ 50 ਝੋਟੇ ਹੋਣਗੇ, ਬੱਚੇ ਬਹੁਤ ਜਾਨਵਰ ਨੇ, ਔਰ ਤੁਸੀਂ ਆਪ ਹੀ ਸੀਮਨ ਬਣਾਉਂਦੇ ਹੋ, ਤੇ ਤੁਹਾਡੇ ਦੇ ਉੱਥੋਂ ਸਾਰਾ ਰਿਜ਼ਲਟ ਮਿਲ ਜੂਗਾ। ਪਰ ਜਿਹੜਾ ਮੇਰੇ ਵਰਗਾ ਘਰੇ ਇੱਕ ਕੱਟਾ ਪਾਲ ਕੇ ਤੇ ਸੀਮਨ ਵਾਲਾ ਸਿਲੰਡਰ ਭਰੀ ਫਿਰਦਾ 5-7 ਹਜ਼ਾਰ 'ਚ, ਇਹਨਾਂ ਲੋਕਾਂ ਤੋਂ ਬਚ ਜਾਓ ਭਾਈ। ਇਹਨਾਂ ਦੀਆਂ ਕੱਟੀਆਂ ਮੁੜ ਕੇ ਬਰੋਸਲੋਸਿਸ ਪੋਜ਼ਿਟਿਵ ਨਿਕਲੀਆਂ, ਪਹਿਲੀ ਤਾਂ ਗੱਲ ਕਨਸੀਵ ਨਹੀਂ ਹੋਣੀਆਂ, ਜੇ ਕਨਸੀਵ ਹੋ ਗਿਆ ਮੁੜ ਕੇ ਬੱਚੇ ਸੁੱਟੀ ਜਾਣਗੀਆਂ, ਜਾਂ ਤਾਂ ਅਗਲੇ ਨੂੰ ਕਹੋ ਵੀ ਆਪਣੇ ਝੋਟੇ ਦੀ ਭਾਈ ਬਰੋਸਲੋਸਿਸ ਹਰ ਇੱਕ ਸਾਲ ਟੈਸਟਡ ਕਿਸੇ ਕੋਲੋਂ ਕਰਾ ਕੇ ਤੇ ਰਿਪੋਰਟ ਦੇ ਨਾਲ ਹਰ 6 ਮਹੀਨੇ ਹਰ 6ਵੇਂ ਮਹੀਨੇ, ਤੇ ਨਹੀਂ ਤੇ ਮੇਰੇ ਵੀਰ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਇਹ ਬਿਮਾਰੀ ਸਾਡੇ ਬੰਦਿਆਂ 'ਚ ਆ ਕੇ ਮੈਨੂੰ ਸੁਣਨ 'ਚ ਮਿਲਿਆ ਜੀ, ਮੈਂ ਪਿਛਲੀ ਵਾਰੀ ਹਿਸਾਰ ਇੱਕ ਡਾਕਟਰ ਕੋਲ ਗਿਆ, ਤੇ ਮੈਨੂੰ ਡਾਕਟਰ ਨੇ ਗੱਲ ਕਹੀ ਵੀ ਸਾਡੇ ਨਾ ਇੱਥੇ ਬਿਛਨੋਈਆਂ ਦੇ ਮੁੰਡੇ ਧਾਰ ਕੱਢਦੇ ਆ ਯੂਨੀਵਰਸਿਟੀ ਦੇ ਵਿੱਚ,
ਤੇ ਜਿਹੜੀਆਂ ਉਹਨਾਂ ਦਾ ਕੰਮ ਇਹ ਆ ਵੀ ਉੱਥੋਂ ਬਾਹਰ ਤਾਂ ਦੁੱਧ ਜਾਂਦਾ ਨੀ, ਉਹ ਕੱਚਾ ਹੀ ਦੁੱਧ ਉੱਥੋਂ ਮੱਝਾਂ ਥੱਲਿਓ ਪੀ ਜਾਂਦੇ ਨੇ। ਤੇ ਕਹਿੰਦੇ ਕਈ ਬੱਚਿਆਂ ਨੂੰ, ਨੌਜਵਾਨ ਬੱਚਿਆਂ ਨੂੰ ਕੱਚਾ ਦੁੱਧ ਜ਼ਿਆਦਾ ਪੀਣ ਨਾਲ ਜਿਹੜੀਆਂ ਮੱਝਾਂ ਬਰੋਸਲੋਸਿਸ ਪੋਜ਼ਿਟਿਵ ਨੇ ਉਹਨਾਂ ਤੋਂ ਉਹਨਾਂ ਨੂੰ ਇੰਨਾ ਜ਼ਿਆਦਾ ਨੁਕਸਾਨ ਹੋਇਆ ਵੀ ਨੌਜਵਾਨ ਬੱਚਿਆਂ ਨੂੰ ਪੈਰਾਲਾਈਸਿਸ ਹੋਏ ਨੇ। ਅੱਛਾ, ਤੇ ਦੱਸੋ ਯੂਨੀਵਰਸਿਟੀਆਂ 'ਚ ਇਹ ਹਾਲ ਅੱਜ ਕੱਲ੍ਹ ਹੋਏ ਫਿਰਦੇ ਨੇ ਤਾਂ ਉੱਥੇ ਕੀ ਕਰਾਂਗੇ ਜੀ? ਬਿਲਕੁਲ ਬਿਲਕੁਲ, ਹਾਂਜੀ ਇਹ ਬਾਤ ਤਾਂ ਬੜੀ ਸੋਚਣ ਵਾਲੀ ਹੈ ਬਾਬਾ ਜੀ। ਬਿਲਕੁਲ ਸੋਚਣ ਵਾਲੀ ਹੈ ਜੀ, ਇਹ ਬਰੋਸਲੋਸਿਸ ਅੱਗੇ ਜਾ ਕੇ ਸਾਡੇ ਮੈਂਸ ਦੇ ਵਿੱਚ ਵੀ ਅਸਰ ਕਰੂਗੀ ਜੀ, ਨੁਕਸਾਨ ਕਰੂਗੀ। ਹੋ ਜਾਂਦਾ ਬਾਬਾ ਜੀ, 2 ਸਾਲ ਟ੍ਰੀਟਮੈਂਟ ਹੁੰਦਾ ਹੈ ਜਦ ਜਾ ਕੇ ਡਾਕਟਰ ਠੀਕ ਹੁੰਦੇ ਆ। ਸੁਣੀ ਠੀਕ, ਬੰਦ ਕਰੇ ਬਾਬਾ ਜੀ ਇਹ ਵੀਡੀਓ ਤੋਂ। ਠੀਕ ਹੈ ਜੀ ਸਾਰੇ ਭਾਈ ਜਿਤਨੇ ਵੀ ਦੇਖ ਰਹੇ ਹੈ ਵੀਡੀਓ, ਲਗਭਗ 25 ਮਿੰਟ ਕਾ ਵੀਡੀਓ ਹੋ ਚੁੱਕਾ ਹੈ। ਕੋਸ਼ਿਸ਼ ਕਰਾਂਗੇ ਇਸਮੇ ਸੇ ਇੱਕ ਆਧਾ ਪਾਰਟ ਅਲੱਗ ਸੇ ਵੀ ਨਿਕਾਲ ਕੇ ਆਪਾਂ ਡਾਲੇ, ਕਿਉਂਕਿ ਬੜੀ ਜਾਣਕਾਰੀ ਵਾਲੀ ਵੀਡੀਓ ਜੋ ਹੈ, ਕਈ ਕਈ ਸਾਰੀ ਬਾਤੇ ਬਾਬਾ ਜੀ ਨੇ ਇਸਮੇ ਬਤਾਈ ਹੈ। ਤੋ ਸਾਰੇ ਭਾਈ ਜੁੜੇ ਰਹੋ ਜੀ, ਸਭ ਕੋ ਰਾਮ ਰਾਮ, ਨਮਸਕਾਰ, ਸਤਿ ਸ਼੍ਰੀ ਅਕਾਲ।